ਅਸੀਂ ਅੱਜ ਬੰਦੀ ਸਿੰਘ ਕੌਮੀ ਰਿਹਾਈ ਮੋਰਚੇ ਵੱਲੋਂ ਜਿਹੜਾ ਇਹ ਪੂਰੇ ਪੰਜਾਬ ਦੇ ਵਿੱਚ 2 ਘੰਟੇ ਲਈ ਟੂਰ ਫੁਰੀ ਕਰਨ ਦਾ ਜਿਹੜਾ ਐਲਾਨ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਦੇ ਸਮੁੱਚੀਆਂ ਜਥੇਬੰਦੀਆਂ ਵੱਲੋਂ ਅੱਜ ਸਾਡੀ ਡਿਊਟੀ ਜਿਹੜੀ ਆ ਇਹ ਜਿਹੜਾ ਲੋਡੂਵਾਲ ਟੋਲ ਪਲਾਜ਼ਾ ਦੁਵੰਨੀ ਤਾਂ ਬੋਲੀ ਹੋ ਗਈ, ਇਹਨੂੰ ਕਿਸ ਨਹੀਂ ਰਿਹਾ, ਤੂੰ ਘੱਟ ਗਿਣਤੀਆਂ ਲਈ ਕਾਨੂੰਨ ਹੋਰ ਬਣਾ ਰਹੀ ਆ, ਤੂੰ ਬਹੁ ਗਿਣਤੀਆਂ ਲਈ ਕਾਨੂੰਨ ਹੋਰ ਬਣਾ ਰਹੀ ਆ, ਤੇਰੇ ਵਾਸਤੇ ਤੂੰ ਕੰਡੇ ਬੀਜ ਰਹੀ ਆ। ਇਹ ਸੱਚ ਤੇ ਝੂਠ ਦਾ ਨਿਤਾਰਾ ਉਹ ਉੱਪਰ ਬੈਠਾ ਉਹਨੇ ਇੱਕ ਦਿਨ ਕਰ ਦੇਣਾ। ਤੈਨੂੰ ਇੱਕ ਗੱਲ ਦੀ ਸਮਝ ਹੋਣੀ ਚਾਹੀਦੀ ਆ ਕਿ ਜਿਹੜਾ ਸਿੱਖ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ, 50 ਸਾਲ ਦੇ ਰਾਜ ਦੇ ਵਿੱਚ ਕਿਸੇ ਧਰਮ ਦੇ ਨਾਲ ਕੋਈ ਧੱਕਾ ਨਹੀਂ ਕੀਤਾ ਗਿਆ, ਕਿਸੇ ਧਰਮ ਦਾ ਕੋਈ ਧਾਰਮਿਕ ਸਥਾਨ ਨਹੀਂ ਢਾਇਆ ਗਿਆ, ਕਿਸੇ ਨੂੰ ਫਾਂਸੀ ਨਹੀਂ ਲਾਈ ਗਈ। ਅੱਜ ਸਾਡੇ ਜਿਹੜੇ ਬੰਦੀ ਸਿੰਘ ਆ ਉਹ 30-30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ। ਅਸੀਂ ਮੰਗ ਕਰਦੇ ਹਾਂ ਕਿ ਸਾਡੇ ਬੰਦੀ ਸਿੰਘ ਤੇ ਭਾਈ ਅੰਮ੍ਰਿਤ ਸਿੰਘ ਖਾਲਸਾ ਤੇ ਉਹਦੇ ਸਾਥੀ ਜਿਨ੍ਹਾਂ ਨੂੰ ਗੈਰ ਕਾਨੂੰਨੀ ਬਗੈਰ ਕਿਸੇ ਜੁਰਮ ਤੋਂ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਉਹਨਾਂ ਨੂੰ ਰਿਹਾ ਕੀਤਾ ਜਾਏ। ਇਹ 11 ਤੋਂ 2 ਵਜੇ ਤੱਕ ਹੈ, ਹੁਣ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਏ, ਬਿਲਕੁਲ ਸਾਡੀ ਇਹ ਮੰਗ ਹੈ। ਅਸੀਂ ਅੱਜ ਬੰਦੀ ਸਿੰਘ ਕੌਮੀ ਰਿਹਾਈ ਮੋਰਚੇ ਵੱਲੋਂ ਜਿਹੜਾ ਇਹ ਪੂਰੇ ਪੰਜਾਬ ਦੇ ਵਿੱਚ 2 ਘੰਟੇ ਲਈ ਟੂਰ ਫੁਰੀ ਕਰਨ ਦਾ ਜਿਹੜਾ ਐਲਾਨ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਦੇ ਸਮੁੱਚੀਆਂ ਜਥੇਬੰਦੀਆਂ ਵੱਲੋਂ ਅੱਜ ਸਾਡੀ ਡਿਊਟੀ ਜਿਹੜੀ ਆ ਇਹ ਜਿਹੜਾ ਲੋਡੂਵਾਲ ਟੋਲ ਪਲਾਜ਼ਾ ਦੁਵੰਨੀ ਤਾਂ ਬੋਲੀ ਹੋ ਗਈ, ਇਹਨੂੰ ਕਿਸ ਨਹੀਂ ਰਿਹਾ, ਤੂੰ ਘੱਟ ਗਿਣਤੀਆਂ ਲਈ ਕਾਨੂੰਨ ਹੋਰ ਬਣਾ ਰਹੀ ਆ, ਤੂੰ ਬਹੁ ਗਿਣਤੀਆਂ ਲਈ ਕਾਨੂੰਨ ਹੋਰ ਬਣਾ ਰਹੀ ਆ, ਤੇਰੇ ਵਾਸਤੇ ਤੂੰ ਕੰਡੇ ਬੀਜ ਰਹੀ ਆ। ਇਹ ਸੱਚ ਤੇ ਝੂਠ ਦਾ ਨਿਤਾਰਾ ਉਹ ਉੱਪਰ ਬੈਠਾ ਉਹਨੇ ਇੱਕ ਦਿਨ ਕਰ ਦੇਣਾ। ਤੈਨੂੰ ਇੱਕ ਗੱਲ ਦੀ ਸਮਝ ਹੋਣੀ ਚਾਹੀਦੀ ਆ ਕਿ ਜਿਹੜਾ ਸਿੱਖ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ, 50 ਸਾਲ ਦੇ ਰਾਜ ਦੇ ਵਿੱਚ ਕਿਸੇ ਧਰਮ ਦੇ ਨਾਲ ਕੋਈ ਧੱਕਾ ਨਹੀਂ ਕੀਤਾ ਗਿਆ, ਕਿਸੇ ਧਰਮ ਦਾ ਕੋਈ ਧਾਰਮਿਕ ਸਥਾਨ ਨਹੀਂ ਢਾਇਆ ਗਿਆ, ਕਿਸੇ ਨੂੰ ਫਾਂਸੀ ਨਹੀਂ ਲਾਈ ਗਈ। ਅੱਜ ਸਾਡੇ ਜਿਹੜੇ ਬੰਦੀ ਸਿੰਘ ਆ ਉਹ 30-30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ। ਅਸੀਂ ਮੰਗ ਕਰਦੇ ਹਾਂ ਕਿ ਸਾਡੇ ਬੰਦੀ ਸਿੰਘ ਤੇ ਭਾਈ ਅੰਮ੍ਰਿਤ ਸਿੰਘ ਖਾਲਸਾ ਤੇ ਉਹਦੇ ਸਾਥੀ ਜਿਨ੍ਹਾਂ ਨੂੰ ਗੈਰ ਕਾਨੂੰਨੀ ਬਗੈਰ ਕਿਸੇ ਜੁਰਮ ਤੋਂ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਉਹਨਾਂ ਨੂੰ ਰਿਹਾ ਕੀਤਾ ਜਾਏ। ਇਹ 11 ਤੋਂ 2 ਵਜੇ ਤੱਕ ਹੈ, ਹੁਣ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਏ, ਬਿਲਕੁਲ ਸਾਡੀ ਇਹ ਮੰਗ ਹੈ।